ਕੱਲ ਖਡੋਰੀ ਬਾਰਡਰ ਤੇ ਮਨਜੀਤ ਸਿੰਘ ਜੀ ਉਮਰ ਲਗਭਗ 65 ਸਾਲ ਜੋ ਪਟਿਆਲਾ ਜ਼ਿਲ੍ਹੇ ਤੋਂ ਸੀ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਕਿਸਾਨਾਂ ਦੇ ਲੇਖੇ ਆਪਣੀ ਜ਼ਿੰਦਗੀ ਲਾ ਕੇ ਗਏ ਨੇ ਉਹਨਾਂ ਵਾਸਤੇ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 13 ਤਰੀਕ ਤੋਂ ਦਿੱਲੀ ਕੂਚ ਦੇ ਚੱਲੇ ਹੋਏ ਜੋ ਦਿੱਲੀ ਕੂਚ ਦਾ ਪ੍ਰੋਗਰਾਮ ਸੀ ਉਸ ਦੇ ਵਿੱਚ ਇਹ ਦੂਸਰੀ ਸ਼ਹੀਦੀ ਹੈ ਪਹਿਲੀ ਸ਼ਹੀਦੀ ਸ਼ੰਭੂ ਬਾਰਡਰ ਤੇ ਹੋਈ ਸੀ ਗਿਆਨ ਸਿੰਘ ਦੀ ਉਹ ਵੀ 63 ਸਾਲ ਦੀ ਉਮਰ ਸੀ ਤੇ ਅੱਜ ਕੱਲ ਇੱਥੇ ਖਨੌਰੀ ਬਾਰਡਰ ਤੇ ਵੀ ਇੱਕ ਕਿਸਾਨ ਸ਼ਹੀਦ ਹੋਇਆ ਸਾਥੀਓ ਕਿਸਾਨ ਵੀਰੋ ਇਹ ਸ਼ਹੀਦੀਆਂ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਦਿੱਤੀਆਂ ਜਾ ਰਹੀਆਂ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਨੇ ਫੱਟੜ ਹੋਏ ਨੇ ਬਹੁਤ ਆਸੂ ਗੈਸ ਦੇ ਗੋਲੇ ਤੇ SLR ਦੀਆਂ ਗੋਲੀਆਂ ਤੇ 12 ਬੋਰ ਦੇ ਸ਼ਰਰ ਵੀ ਮਿਲੇ ਨੇ ਜਿਹੜੇ ਲੱਗੇ ਨੇ ਕਈਆਂ ਦੀ ਅੱਖ ਚਲੇ ਗਈ ਕਈਆਂ ਦੇ ਲੱਤ ਤੇ ਕਈਆਂ ਦੇ ਬਹੁਤ ਸਾਰੇ ਫੱਟੜ ਵੀ ਹੋਏ ਨੇ ਅਜੇ ਵੀ ਹਸਪਤਾਲਾਂ 'ਚ ਦਾਖਲ ਨੇ ਤੇ ਇਹ ਸਰਕਾਰ ਇਹ ਜ਼ਾਲਿਮ ਸਰਕਾਰ ਅਜੇ ਵੀ ਆਪਣਾ ਜਿਹੜਾ ਤਸੱਦਦ ਰੋਕ ਨਹੀਂ ਰਹੀ ਤੇ ਸਾਰਿਆਂ ਅੱਗੇ ਅਰਦਾਸ ਬੇਨਤੀ ਹੈ ਆ ਜਾਓ ਸਾਰੇ ਕੱਲ ਨੂੰ ਸਾਰੇ ਇੱਥੇ ਪਹੁੰਚੀਏ ਤੇ ਉਹਨਾਂ ਸ਼ਹੀਦਾਂ ਨੂੰ ਵੀ ਇਹ 36 ਸ਼ਰਧਾਂਜਲੀ ਹੋਊਗੀ ਜਿਹੜੀ ਮਕਸਦ ਨੂੰ ਲੈ ਕੇ ਅਸੀਂ ਬੈਠੇ ਹਾਂ ਜਿਹੜੀ ਮਕਸਦ ਨੂੰ ਲੈ ਕੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜਿਹੜੇ ਇੱਥੇ ਸ਼ਹੀਦ ਹੋਏ ਨੇ ਉਹਨਾਂ ਨੂੰ 36 ਸ਼ਰਧਾਂਜਲੀ ਇਹੀ ਹੋਊਗੀ ਦਿੱਲੀ ਕੂਚ ਕਰਕੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਈਏ।